ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ੇਰ ਡੋਟ ਪੰਜਾਬੀ ਚੈਨਲ ਤੋਂ ਸਿੰਘ ਸਾਹਿਬ ਬੋਲ ਰਿਹਾ। ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਵੀਡੀਓ ਪਾਉਣ ਜਾ ਰਿਹਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਔਨਲਾਈਨ ਪਾਸਪੋਰਟ ਕਿਵੇਂ ਅਪਲਾਈ ਕਰ ਸਕਦੇ ਹਾਂ, ਵੀ ਔਨਲਾਈਨ ਅਪੁਆਇੰਟਮੈਂਟ ਕਿਵੇਂ ਲੈ ਸਕਦੇ ਹਾਂ। ਦੋਸਤੋ ਅਕਸਰ ਕੀ ਹੁੰਦਾ ਹੈ ਵੀ ਅਸੀਂ ਏਜੰਟ ਲੱਭਦੇ ਹਾਂ, ਉਹਨੂੰ ਪੈਸੇ ਦਿੰਦੇ ਹਾਂ ਅਤੇ ਉਹ ਇਹੀ ਕੰਮ ਕਰਦਾ ਜੋ ਅਸੀਂ ਤੁਹਾਨੂੰ ਦੱਸਾਂਗੇ, ਔਨਲਾਈਨ ਅਪੁਆਇੰਟਮੈਂਟ ਲੈ ਦਿੰਦਾ ਅਤੇ ਅਸੀਂ ਵਾਧੂ ਪੈਸੇ ਉਹਨੂੰ ਦੇ ਦਿੰਦੇ, 500 ਹਜ਼ਾਰ ਉਹ ਆਪਣਾ ਬਣਾ ਲਈਦਾ। ਸੋ ਅਸੀਂ ਘਰ ਬੈਠੇ ਹੀ ਔਨਲਾਈਨ ਪਾਸਪੋਰਟ ਅਪਲਾਈ ਕਰ ਸਕਦੇ ਹਾਂ, ਉਹ ਕਿਵੇਂ ਅਸੀਂ ਦੱਸਾਂਗੇ। ਆਹ ਦੇਖੋ ਜੀ ਸਾਡੀ ਵੈਬਸਾਈਟ ਆ, ਇਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ। ਆਹ ਦੇਖੋ ਪਾਸਪੋਰਟ ਅਪਲਾਈ, ਇਹ 'ਤੇ ਤੁਸੀਂ ਕਲਿੱਕ ਕਰਨਾ ਹੈ ਤਾਂ ਇਹ ਪੇਜ ਖੁੱਲ੍ਹ ਜਾਏਗਾ। ਆਹ ਦੇਖੋ ਜੀ ਇਹ ਪੇਜ ਖੁੱਲ੍ਹ ਗਿਆ, ਇੱਥੇ ਰਜਿਸਟ੍ਰੇਸ਼ਨ ਨੋ ਨੋ ਯੂਜ਼ਰ ਆਏਗਾ ਅਤੇ ਇਹਦੇ 'ਤੇ ਕਲਿੱਕ ਕਰਨਾ ਪਊਗਾ ਤੁਹਾਨੂੰ। ਹੋਰ ਵੀ ਬਹੁਤ ਆਪਸ਼ਨ ਆ, ਇਹ 'ਤੇ ਕਲਿੱਕ ਕਰੋਗੇ ਆਹ ਖੁੱਲ੍ਹ ਜਾਏਗਾ। ਫਿਰ ਆਹ ਦੇਖੋ ਪੇਜ ਖੁੱਲ੍ਹੇਗਾ, ਇਹਦੇ ਵਿੱਚ ਤੁਸੀਂ ਆਹ ਦੇਖੋ ਪਾਸਪੋਰਟ ਅਨਸ ਅਤੇ ਸਿਲੈਕਟ ਦਫ਼ਤਰ ਕੋਈ ਵੀ ਪਾਸਪੋਰਟ ਦਾ ਜਿਹੜਾ ਤੁਸੀਂ ਜਿਹੜਾ ਤੁਹਾਡੇ ਨੀਅਰ ਪਵੇ ਉਹ ਭਰ ਸਕਦੇ। ਮੇਰੇ ਜਿਵੇਂ ਜਲੰਧਰ ਪੈ ਰਿਹਾ, ਮੈਂ ਜਲੰਧਰ ਭਰਤਾ, ਠੀਕ ਆ ਜੀ। ਫਿਰ ਕੀ ਹੋਊਗਾ ਜੀ, ਆਪਣਾ ਨਾਮ, ਠੀਕ ਆ ਜੀ, ਨਾਮ ਭਰਨਾ ਜੀ, ਆਪਣਾ ਨਾਮ ਦਿਓ ਜਿਵੇਂ ਮੈਂ ਦੇ ਰਿਹਾ, ਠੀਕ ਆ ਜੀ, ਆਪਣਾ ਰੀਅਲ ਨਾਮ ਦਿਓ, ਠੀਕ ਆ ਜੀ, ਜਿਵੇਂ ਆ ਮੈਂ ਦੇਖਤਾ ਜੌੜਾ ਸਿੰਘਾ ਸਿੰਘ, ਠੀਕ ਆ ਜੀ, ਜੋੜਾਵਰ ਸਿੰਘ। ਅਤੇ ਫਿਰ ਆ ਜਿਹੜੀ ਆਪਸ਼ਨ ਆ ਸੁਰ ਨੇਮ, ਇਹ ਤੁਸੀਂ ਭਰ ਸਕਦੇ ਨਹੀਂ ਭਰ ਸਕਦੇ, ਕਿਉਂਕਿ ਜਿੱਤੇ ਰੈੱਡ ਦਾ ਨਿਸ਼ਾਨ ਆ ਰਿਹਾ ਉਹ ਜ਼ਰੂਰੀ ਆ ਭਰਨਾ ਵਾ, ਬਾਕੀ ਦੀ ਕੋਈ ਗੱਲ ਨਹੀਂ। ਫਿਰ ਡੇਟ ਆਫ ਡੇਟ ਭਰ ਦਿਓ, ਆਪਣਾ ਜਨਮ ਦਿਨ ਭਰ ਦਿਓ, ਠੀਕ ਆ ਜੀ, ਜਨਮ ਦਿਨ ਭਰ ਕੇ ਆਪਣਾ ਜਨਮ ਦਿਨ ਭਰ ਦਿਓ, ਠੀਕ ਆ ਜੀ, ਜਨਮ ਦਿਨ ਭਰ ਕੇ ਅਤੇ ਅੱਗੇ ਆ ਤੁਸੀਂ ਆਪਣੀ ਈਮੇਲ ਤੋਂ ਲੋਗਿਨ ਆਈਡੀ ਬਣਾ ਸਕਦੇ ਜੇ, ਇਹ ਵੀ ਭਰ ਸਕਦੇ ਜੇ। ਆਪਣੀ ਈਮੇਲ ਭਰੋ ਪਹਿਲਾਂ, ਈਮੇਲ ਭਰ ਕੇ, ਠੀਕ ਆ ਜੀ, ਆਪਣੀ ਕੋਈ ਵੀ ਈਮੇਲ ਭਰ ਦਿਓ, ਜਿਵੇਂ ਮੈਂ ਆਪਣੀ ਸ਼ੇਅਰ ਡੋਟ ਪੰਜਾਬੀ ਚੈਨਲ ਵਾਲੀ ਜਿਵੇਂ ਉਹ ਮੈਂ ਭਰਤੀ ਹੈ gmail.com। ਅਤੇ ਦੋਸਤੋ ਅੱਗੇ ਆ ਆਪਸ਼ਨ ਆ ਜਾਂਦੀ ਆ ਵੀ ਤੁਸੀਂ ਆਪਣੀ ਈਮੇਲ ਨਾਲ ਲੋਗਿਨ ਕਰਨਾ ਕਿ ਲੋਗਿਨ ਆਈਡੀ ਬਣਾਉਣੀ ਹੈ। ਸੋ ਜੇ ਜੈਸ ਕਰ ਦੋਗੇ ਤਾਂ ਈਮੇਲ ਨਾਲ ਹੀ ਤੁਹਾਡੀ ਲੋਗਿਨ ਆਈਡੀ ਖੁੱਲ੍ਹੇਗੀ, ਨਹੀਂ ਤਾਂ ਲੋਗਿਨ ਆਈਡੀ ਬਣਾ ਲਓ ਜਿਵੇਂ ਮੈਂ ਆਪਣੀ ਲੋਗਿਨ ਆਈਡੀ ਬਣਾ ਲਗਾ, ਠੀਕ ਆ ਜੀ, ਉਹਨੂੰ ਨੋ ਕਰਕੇ ਲੋਗਿਨ ਆਈਡੀ ਬਣਾਉਣ ਲੱਗਾ, ਠੀਕ ਆ ਜੀ, ਕੋਈ ਵੀ ਨਾਮ ਰੱਖ ਲਓ, ਠੀਕ ਆ ਜੀ, ਕੋਈ ਵੀ ਲੋਗਿਨ ਨਾਮ ਵੀ ਉਹ ਚੈੱਕ ਅਬਿਲਿਟੀ ਵੀ ਕਰ ਲਿਓ, ਪਰ ਮੈਂ ਕਰ ਨਹੀਂ ਰਿਹਾ, ਚੈੱਕ ਅਬਿਲਿਟੀ ਕਰ ਲਓਗੇ ਤਾਂ ਵਧੀਆ ਰਹੇਗਾ। ਫਿਰ ਪਾਸਵਰਡ ਕੋਈ ਵੀ ਭਰ ਲਓ, ਪਾਸਵਰਡ 'ਚ ਕੀ ਕਰਨਾ ਪਊਗਾ ਤੁਹਾਨੂੰ, ਪਹਿਲਾਂ ਇੱਕ ਵੱਡਾ ਅੱਖਰ, ਮਤਲਬ ਕਿ ਜਿਵੇਂ ਤੁਸੀਂ ਮੰਨ ਲਓ ਵੀ ਕੋਈ ਅਲਫਾਬੈਟਿਕ ਜਿਵੇਂ ABC ਤੋਂ ਲੈ ਕੇ ਕੋਈ ਵੱਡਾ ਅੱਖਰ ਬਾਕੀ ਛੋਟੇ, ਅਤੇ 8 ਅੱਖਰਾਂ ਦਾ ਮੈਕਸੀਮਮ ਹੋਣਾ ਚਾਹੀਦਾ ਵਾ, ਅਤੇ ਮਿਨੀਮਮ ਹੋਣਾ ਚਾਹੀਦਾ 14 ਅੱਖਰਾਂ ਦਾ ਮੈਕਸੀਮਮ ਹੋਣਾ ਚਾਹੀਦਾ, ਵਿੱਚ ਨੰਬਰ ਵੀ ਹੋਣੇ ਚਾਹੀਦੇ ਆ। ਫਿਰ ਆ ਦੇਖੋ ਦੋਸਤੋ ਤੁਸੀਂ ਕੋਚਨ ਪੁੱਛਿਆ ਹੋਊਗਾ ਵੀ ਕਿਹੜੀ ਸਿਟੀ ਤੁਹਾਨੂੰ ਪਊਗੀ, ਉਹਦੇ ਬਾਰੇ ਮੈਂ ਬਟਾਲਾ ਜਿਵੇਂ ਲਿਖਤਾ, ਠੀਕ ਆ ਜੀ, ਬਟਾਲਾ ਲਿਖਤਾ, ਓਕੇ ਜੀ। ਅਤੇ ਹੁਣ ਇੱਥੇ ਦੇਖੋ ਆ ਦੇਖੋ ਇਵੇਂ ਆ ਗਿਆ ਕੈਚੇ ਕੈਪਚਾ ਕੈਪਚਾ, ਜਿਵੇਂ ਆ ਤਸਵੀਰ ਵਗੀ ਆ ਇਹਦੇ ਵਿੱਚ ਭਰ ਦੇਣਾ, ਜਿਵੇਂ ਲਿਖਿਆ ਹੋਊਗਾ ਉਵੇਂ ਭਰ ਕੇ ਇਹਨੂੰ ਰਜਿਸਟਰ ਕਰ ਦਿਓ, ਠੀਕ ਆ ਜੀ, ਓਕੇ ਜੀ। ਦੋਸਤੋ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰ ਲਓਗੇ ਤਾਂ ਇਵੇਂ ਦਾ ਮੈਸੇਜ ਆਏਗਾ, ਠੀਕ ਆ ਜੀ, ਇਵੇਂ ਦਾ ਮੈਸੇਜ ਆਊਗਾ। ਹੁਣ ਤੁਸੀਂ gmail ID 'ਚ ਜਾਓ, gmail ID 'ਚ ਜਾ ਕੇ ਦੇਖੋ ਉੱਤੇ ਮੈਸੇਜ ਆਊਗਾ, ਇਹਨੂੰ ਕਲਿੱਕ ਕਰੋ, ਓਪਨ ਕਰੋਗੇ ਤਾਂ ਇਵੇਂ ਦਾ ਫੋਲਡਰ ਖੁੱਲ੍ਹ ਜਾਏਗਾ।
ਠੀਕ ਹੈ ਜੀ। ਆ ਦੇਖਿਓ ਜੀ, ਟਾਈਮ ਲੈ ਲਿਆ, ਥੋੜ੍ਹਾ ਸਪੀਡ ਘੱਟ ਆ ਮੇਰੇ ਨੈੱਟ ਦੀ। ਇੱਥੇ ਫਿਰ ਯੂਜ਼ਰ ਆਈਡੀ ਮੰਗੇਗਾ, ਜਿਹੜੀ ਤੁਹਾਡੀ ਯੂਜ਼ਰ ਆਈਡੀ ਭਰੀ ਆ ਉਹ ਭਰ ਦਿਓ। ਓਕੇ ਜੀ, ਜਿਵੇਂ ਮੈਂ ਜੋੜਾਵਾਰ 12-23 ਭਰੀ ਸੀ ਉਹ ਮੈਂ ਭਰ ਦਿੱਤਾ। ਠੀਕ ਹੈ ਜੀ, ਇਹਨੂੰ ਓਕੇ ਕਰੋਗੇ ਤਾਂ ਤੁਹਾਡਾ ਹੋ ਜਾਏਗਾ, ਸਕਸੈਸਫੁਲੀ ਹੋ ਜਾਏਗਾ ਅਕਾਊਂਟ। ਠੀਕ ਹੈ ਜੀ, ਹੁਣ ਤੁਸੀਂ ਇਹਨੂੰ ਮਤਲਬ ਕਿ ਆਪਣਾ ਲੌਗਇਨ ਕਰ ਲਓ। ਲੌਗਇਨ ਲਈ ਜਿਹੜੀ ਤੁਸੀਂ ਆਈਡੀ ਭਰੀ ਸੀ ਉਹ ਭਰੋ, ਉਹੀ ਆਈਡੀ ਆਪਣੀ ਯੂਜ਼ਰ ਨੇਮ ਵਾਲੀ ਭਰ ਕੇ, ਨਾਮ ਜਿਹੜਾ ਮੈਂ ਭਰਿਆ ਸੀ ਹੁਣੇ ਭਰ ਕੇ। ਆ ਦੇਖੋ, ਪਾਸਵਰਡ ਮੰਗੇਗਾ, ਕੈਪਚਾ ਮੰਗੇਗਾ, ਪਾਸਵਰਡ ਭਰ ਦਿਓ ਜਿਹੜਾ ਤੁਸੀਂ ਉੱਥੇ ਭਰਿਆ ਸੀ। ਠੀਕ ਆ ਜੀ, ਪਾਸਵਰਡ ਭਰੋ ਕੇ ਅਤੇ ਥੱਲੇ ਕੈਪਚਾ ਭਰ ਦਿਓ। ਕੈਪਚਾ ਭਰ ਕੇ ਫਿਰ ਦੋਸਤੋ ਅਸੀਂ ਲੌਗਇਨ ਹੋ ਜਾਵਾਂਗੇ। ਲੌਗਇਨ ਹੋ ਕੇ ਆ ਦੇਖੋ ਕਾਫੀ ਆਪਸ਼ਨ ਆਏਗੀ, ਪਰ ਅਸੀਂ ਉਹੀ ਕਰਨਾ, ਇਹ ਫਰੈਸ਼ਰ ਭਰਨਾ ਵਾ। ਫਰੈਸ਼ਰ ਬਾਰੇ ਦੱਸਦੇ ਹਾਂ, ਇੱਥੇ ਰੀਇਸ਼ੂ ਸਭ ਕੁਝ ਕਰ ਸਕਦੇ ਤੁਸੀਂ ਔਨਲਾਈਨ। ਅਤੇ ਭਰ ਕੇ ਹੁਣ ਫਿਰ ਥੱਲੇ ਆਏਗੀ ਵੀ ਰੀਇਸ਼ੂ ਕਰਨਾ ਵਾ ਕਿ ਫਰੈਸ਼ਰ ਦੇ, ਫਰੈਸ਼ਰ ਹੀ ਅਤੇ ਇਹੀ ਅਸੀਂ ਕਲਿੱਕ ਕਰਨਾ। ਠੀਕ ਆ ਜੀ, ਫਰੈਸ਼ਰ 'ਤੇ ਕਲਿੱਕ ਕਰਾਂਗੇ, ਆ ਥੱਲੇ ਸਾਰੇ ਹੀ ਆਪਸ਼ਨ ਆ ਰਹੀ ਆ। ਆ ਦੇਖੋ ਉੱਪਰ ਅਸੀਂ ਫਰੈਸ਼ਰ 'ਤੇ ਹੀ ਕਲਿੱਕ ਕਰਾਂਗੇ। ਠੀਕ ਆ ਜੀ, ਥੱਲੇ ਵੀ ਆ ਦੇਖੋ ਕਈ ਆਪਸ਼ਨ ਆ ਰਹੀਆਂ, ਸੋ ਫਰੈਸ਼ਰ 'ਤੇ ਕਲਿੱਕ ਕੀਤਾ ਅਤੇ ਇੱਥੇ ਅਸੀਂ ਸਟੇਟ ਭਰਾਂਗੇ। ਠੀਕ ਆ ਜੀ, ਸਟੇਟ ਭਰ ਕੇ ਅਸੀਂ ਡਿਸਟ੍ਰਿਕਟ ਭਰ ਦਾਂਗੇ ਜੀ। ਡਿਸਟ੍ਰਿਕਟ ਭਰ ਕੇ ਓਕੇ ਹੋ ਜਾਏਗਾ ਜੀ। ਇੱਥੇ ਫਿਰ ਅਸੀਂ ਫਰੈਸ਼ਰ ਭਰਿਆ ਦੋਸਤੋ, ਫਰੈਸ਼ਰ ਭਰ ਕੇ ਫਿਰ ਸਾਨੂੰ ਆਹ ਥੱਲੇ ਆਪਸ਼ਨ ਆ ਰਹੀ ਹੈ, ਇਹਨਾਂ ਦੋਵਾਂ ਨੂੰ ਭਰ ਕੇ ਉਹ ਕਲਿੱਕ ਕਰ ਦੇਣਾ ਵਾ। ਫਿਰ ਆਹ ਸਾਰਾ ਕੁਝ ਆਏਗਾ, ਐਡਰੈਸ ਫਿਰ ਸਾਨੂੰ ਭਰਨਾ ਪਏਗਾ, ਜਿਵੇਂ ਆਪਣਾ ਨੇਮ। ਜਿੱਥੇ ਦੋਸਤੋ ਜੇ ਸਟਾਰ ਜਿਹਾ ਲੱਗ ਰਿਹਾ ਉਹ ਅਸੀਂ ਉਹ ਆਪਸ਼ਨਾਂ ਅਸੀਂ ਭਰਨੀਆਂ ਵਾ, ਦੂਜੇ ਛੱਡ ਵੀ ਸਕਦੇ ਹਾਂ। ਠੀਕ ਆ ਜੀ, ਜਿਵੇਂ ਮੈਂ ਆਪਣਾ ਨੇਮ ਭਰਤਾ, ਓਕੇ। ਸੁਰ ਨੇਮ ਭਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਸਟਾਰ ਨਹੀਂ ਮੰਗਿਆ। ਮੇਲ ਭਰਤਾ, ਠੀਕ ਹੈ ਜੀ, ਇੱਥੇ ਲਿਖਿਆ ਵਾ ਜੀ, ਇੱਥੇ ਨੋ ਕਰ ਦੂ। ਨੋ ਮਤਲਬ ਕਿ ਆਪਣਾ ਨੇਮ ਹੋਰ ਕਿਤੇ ਵੀ ਹੈ ਨਹੀਂ, ਮਤਲਬ ਕਿ ਆਪਾਂ ਚੇਂਜ ਨਹੀਂ ਕਰਾਇਆ। ਡੇਟ ਆਫ ਬਰਥ ਭਰ ਦਿਓ, ਠੀਕ ਹੈ ਜੀ, ਡੇਟ ਆਫ ਬਰਥ ਭਰ ਦਿਓ ਜਿਹੜੀ ਵੀ ਤੁਹਾਡੀ ਹੈਗੀ ਆ। ਓਕੇ ਜੀ, ਇਹ ਵੈਸੇ ਮੈਂ ਡੈਮੋ ਵਾਸਤੇ ਕਰਾਉਣਾ ਤਾਂ ਕਰਕੇ ਮੈਂ ਕੋਈ ਇੰਨਾ ਕਰ ਨਹੀਂ ਰਿਹਾ। ਫਿਰ ਇੱਥੇ ਬਰਥ ਪਲੇਸ ਭਰ ਦਿਓ ਜਿੱਥੇ ਤੁਹਾਡਾ ਜਨਮ ਹੋਇਆ ਆ। ਠੀਕ ਹੈ ਜੀ, ਅੱਗੇ ਫਿਰ ਸਟੇਟ ਭਰ ਦਿਓ ਜਿੱਥੋਂ ਦਾ ਤੁਸੀਂ ਹੈਗੇ ਜੇ। ਫਿਰ ਅੱਗੇ ਡਿਸਟ੍ਰਿਕਟ, ਉੱਪਰ ਮੈਂ ਥੋੜ੍ਹਾ ਛੱਡ, ਦੇਖੋ ਸਾਰੀਆਂ ਆਪਸ਼ਨਾਂ ਆ ਰਹੀਆਂ ਨੇ, ਇਹ ਵਾਰੀ ਵਾਰੀ ਭਰੀ ਜਾਣੀਆਂ। ਠੀਕ ਆ ਜੀ, ਠੀਕ ਆ ਜੀ, ਇੱਥੇ ਤੁਸੀਂ ਮਤਲਬ ਕਿ ਕਾਹਦੇ ਵਾਸਤੇ ਕਰਨਾ ਅਪਲਾਈ, ਇੱਥੇ ਤੁਸੀਂ ਸਟੂਡੈਂਟ, ਮੈਂ ਆਪਣੇ ਸਟੂਡੈਂਟ ਵਾਸਤੇ ਆ, ਮੈਂ ਸਟੂਡੈਂਟ ਹਾਂ ਇੱਕ, ਜਾਂ ਅੱਗੋਂ ਜਿਹੜੀ ਵੀ ਤੁਸੀਂ ਮਤਲਬ ਕਿ ਇੰਪਲੋਇਮੈਂਟ ਤੁਹਾਡੀ ਹੈਗੀ ਆ ਉਹਦੇ ਵਾਸਤੇ ਤੁਸੀਂ ਭਰ ਸਕਦੇ ਜੀ। ਇੱਥੇ ਤੁਸੀਂ ਆ ਦੇਖੋ, ਠੀਕ ਆ ਜੀ, ਇੱਥੇ ਤੁਸੀਂ ਨੋ ਕਰ ਦਿਓ, ਨੋ ਜਾਂ ਜੈਸ, ਜੋ ਵੀ ਤੁਸੀਂ ਤੁਹਾਡੇ ਮਤਲਬ ਕਿ ਇਸ਼ੂ ਦੇ ਹਿਸਾਬ ਨਾਲ। ਸੋ ਮੈਂ ਇੱਥੇ ਜੈਸ ਕਰ ਦਿੱਤਾ, ਜੈਸ ਕਰਨਾ ਸਭ 'ਚ। ਅਤੇ ਇੱਥੇ ਤੁਸੀਂ ਕੋਈ ਵੀ ਮਤਲਬ ਕਿ ਆਪਣਾ
ਭਰ ਸਕਦੇ ਜੀ। ਠੀਕ ਹੈ ਜੀ, ਮਤਲਬ ਕਿ ਆਪਣੀ ਕੁਆਲੀਫਿਕੇਸ਼ਨ ਭਰੋਗੇ, ਕੁਆਲੀਫਿਕੇਸ਼ਨ ਤੋਂ ਬਾਅਦ ਆਪਾਂ ਇੱਥੇ ਮਾਰਕਸ ਆਪਣੇ ਭਰ ਸਕਦੇ ਹਾਂ ਵੀ ਮਾਰਕਸ ਕਿੰਨੇ ਆਏ ਆ, ਇਹ ਭਰਨ ਦੀ ਲੋੜ ਨਹੀਂ। ਫਿਰ ਇੱਥੇ ਆਧਾਰ ਕਾਰਡ ਨੰਬਰ ਭਰ ਦਿਓ। ਠੀਕ ਹੈ ਜੀ, ਆਧਾਰ ਕਾਰਡ ਨੰਬਰ ਭਰ ਦੋਗੇ ਤਾਂ ਇਹਨੂੰ ਸਬਮਿਟ ਕਰ ਦਿਓ। ਠੀਕ ਹੈ, ਸਬਮਿਟ ਕਰੋਗੇ ਤਾਂ ਤੁਹਾਨੂੰ ਇਹ ਐਡਰੈਸ ਆ ਜਾਏਗਾ, ਫੈਮਿਲੀ ਡਿਟੇਲ ਬਾਰੇ ਪੁੱਛਣਗੇ। ਠੀਕ ਹੈ ਜੀ, ਆਪਣੇ ਫਾਦਰ ਨੇਮ ਭਰ ਦਿਓ। ਠੀਕ ਹੈ ਜੀ, ਫਾਦਰ ਨੇਮ ਭਰ ਦਿਓ ਅਤੇ ਮਦਰ ਨੇਮ ਭਰ ਦਿਓ ਆਪਣਾ। ਠੀਕ ਹੈ ਜੀ, ਮਦਰ ਨੇਮ ਭਰ ਦਿਓ। ਗਾਰਡਨਸ ਭਰਨਾ, ਜਿਵੇਂ ਕੋਈ ਮਤਲਬ ਕਿ ਤੁਹਾਨੂੰ ਕਿਤੇ ਕਿਸੇ ਘਰ ਰਹਿ ਰਹੇ, ਭੂਆ ਜਾਂ ਕਿਤੇ ਵੀ ਦਾਦੀ ਦੂਦੀ ਨਾਨੀ ਦੇ ਘਰ ਰਹਿ ਰਹੇ ਤਾਂ ਗਾਰਡਨਸ ਵੀ ਭਰ ਸਕਦੇ, ਪਰ ਆਪਾਂ ਨੂੰ ਲੋੜ ਨਹੀਂ, ਅਸੀਂ ਮਦਰ ਹੀ ਕਰ ਦਿੰਦੇ ਕਿਉਂਕਿ ਸਾਨੂੰ ਮਾਂ ਪਿਓ ਹੈਗੇ ਆ। ਫਿਰ ਇਹਨਾਂ ਦਾ ਐਡਰੈਸ, ਫੈਮਿਲੀ ਐਡਰੈਸ, ਠੀਕ ਆ ਜੀ, ਇਹ ਭਰਨਾ ਵਾ। ਓਕੇ ਜੀ, ਦੇਖੋ ਸਾਰਾ ਕੁਛ ਆ ਰਿਹਾ ਵਾ, ਵਿਲੇਜ ਟਾਊਨ ਜੋ ਵੀ ਤੁਹਾਡਾ ਪਿੰਡ ਆ। ਜਿਵੇਂ ਮੈਂ ਆਪਣਾ, ਮੈਂ ਗੁਰੂ ਨਾਨਕ ਨਗਰ 'ਚ ਰਹਿੰਦਾ ਵਾਂ, ਸੋ ਮੈਂ ਗੁਰੂ ਨਾਨਕ ਨਗਰ ਭਰ ਦਿੰਦਾ। ਮੈਂ ਵੈਸੇ ਐਗਜ਼ੈਂਪਲ ਹੀ ਦੇ ਰਿਹਾ, ਤੁਸੀਂ ਆਪਣਾ ਫੁੱਲ ਐਡਰੈਸ ਭਰਿਓ। ਠੀਕ ਆ ਜੀ, ਮੈਂ ਵੈਸੇ ਇੱਕ ਐਗਜ਼ੈਂਪਲ ਦੇ ਤੌਰ 'ਤੇ ਸਮਝਾ ਰਿਹਾ ਤੁਹਾਨੂੰ। ਓਕੇ, ਗੁਰੂ ਨਾਨਕ ਨਗਰ ਬਟਾਲਾ ਰਹਿੰਦਾ ਮੈਂ। ਠੀਕ ਆ ਜੀ, ਆਦਿਕ ਪਰਤਾ ਅੱਗੇ ਆ ਗਿਆ ਜੀ, ਟਾਊਨ ਜਾਂ ਸਿਟੀ, ਫਿਰ ਗੁਰੂ ਨਾਨਕ ਨਗਰ ਬਟਾਲਾ। ਠੀਕ ਆ ਜੀ, ਕੰਟਰੀ ਦੇਖੋ ਜੀ, ਜੇ ਇੰਡੀਆ 'ਚ ਨਹੀਂ ਤਾਂ ਇੰਡੀਆ ਭਰ ਦਿਓ, ਜੇ ਬਾਹਰ ਨਹੀਂ ਤਾਂ ਬਾਹਰ ਦੀ ਭਰ ਦਿਓ। ਜਿੱਦਾਂ ਵੀ ਮਤਲਬ ਕਿ ਤੁਹਾਨੂੰ ਫੈਮਿਲੀ ਤੁਹਾਡੀ ਕਿੱਥੇ ਰਹਿੰਦੀ ਆ, ਇੰਡੀਆ ਕੰਟਰੀ ਭਰ ਦਿਓ। ਠੀਕ ਆ ਜੀ, ਪਰ ਜ਼ਿਆਦਾ ਮੋਸਟਲੀ ਇੱਥੇ ਇਸ ਲਈ ਹੁੰਦਾ ਵਾ ਵੀ ਇਹ ਬਾਹਰ ਦਾ ਐਡਰੈਸ ਲਈ ਦੇਣਾ ਹੋਵੇ। ਵੈਸੇ ਤੁਸੀਂ ਸੇਵ ਡਰਾਫਟ ਕਰ ਸਕਦੇ, ਜਿਵੇਂ ਮੈਂ ਕੋਈ ਵੀ ਭਰ ਦਿੰਦਾ। ਠੀਕ ਆ ਜੀ, ਦੇਖੋ ਜੀ, ਕੰਟਰੀ ਭਰ ਕੇ ਫਿਰ ਤੁਹਾਨੂੰ ਐਡਰੈਸ ਭਰਨਾ ਪਊਗਾ। ਮਤਲਬ ਕਿ ਦੇਖੋ, ਸਟੇਟ, ਡਿਸਟ੍ਰਿਕਟ, ਡਿਸਟ੍ਰਿਕਟ ਜਿਵੇਂ ਮੇਰਾ ਗੁਰਦਾਸਪੁਰ ਆ ਅਤੇ ਇੰਡੀਆ 'ਚ ਮੈਂ ਰਹਿੰਦਾ ਵਾਂ। ਠੀਕ ਆ ਜੀ, ਕੰਟਰੀ। ਓਕੇ ਜੀ, ਥੱਲੇ ਆ ਗਿਆ ਪਿੰਨ ਕੋਡ। ਠੀਕ ਆ, ਪਿੰਨ ਕੋਡ ਭਰ ਦਾਂਗੇ ਆਪਣਾ, ਜਿਹਨਾਂ 14 35 05 ਆ ਸਾਡਾ। ਠੀਕ ਆ ਜੀ, ਪਿੰਨ ਕੋਡ ਭਰਤਾ ਜੀ। ਫਿਰ ਥੱਲੇ ਆ ਜਾਏਗਾ ਮੋਬਾਇਲ ਨੰਬਰ, ਮੋਬਾਇਲ ਨੰਬਰ ਭਰ ਦਿਓ। ਜਿੰਨੇ ਰੈੱਡ ਉੱਤੇ ਸਟਾਰ ਆ ਰਹੇ ਆ ਉਹ ਸਾਰੀਆਂ ਆਪਸ਼ਨਾਂ ਤੁਹਾਨੂੰ ਭਰਨੀਆਂ ਪੈਣਗੀਆਂ, ਜੇ ਤਾਂ ਨਹੀਂ ਆ ਰਹੇ ਰੈੱਡ ਸਟਾਰ ਉਹ ਆਪਸ਼ਨ ਤੁਸੀਂ ਛੱਡ ਵੀ ਸਕਦੇ ਜੀ। ਠੀਕ ਆ ਜੀ, ਜੇ ਵੇਖੋ ਮੈਂ ਇੱਕ ਬੋਕਸ ਛੱਡਤਾ ਕਿਉਂਕਿ ਇਹਦੀ ਲੋੜ ਨਹੀਂ ਸੀ। ਈਮੇਲ ਐਡਰੈਸ ਭਰਨਾ, ਭਰ ਦੂ, ਅਗਲ ਲੋੜ ਨਹੀਂ ਆ। ਠੀਕ ਆ, ਠੀਕ ਆ ਜੀ, ਬਾਕੀ ਹੁਣ ਦੇਖੋ ਪਰਮਾਨੈਂਟ ਐਡਰੈਸ ਇਹੀ ਆ, ਜੈਸ ਕਰ ਦਿਓ ਇਹੀ ਆ, ਜਾਂ ਜੇ ਨਾ ਉਹ ਕਰੋਗੇ ਤਾਂ ਫਿਰ ਦੂਜਾ ਐਡਰੈਸ ਤੁਹਾਨੂੰ, ਪਰਮਾਨੈਂਟ ਜਿਹੜਾ ਐਡਰੈਸ ਆ ਉਹ ਤੁਹਾਨੂੰ ਦੇਣਾ ਪਊਗਾ। ਜੈਸ ਕਰਤਾ, ਹੁਣ ਥੱਲੇ ਆ ਗਿਆ ਵੀ। ਠੀਕ ਆ ਜੀ, ਇੱਥੇ ਵੀ ਜੈਸ ਕਰ ਦਿਓ ਜਾਂ ਨੋ ਕਰ ਦਿਓ, ਜੋ ਵੀ ਤੁਹਾਡੇ ਹਿਸਾਬ ਨਾਲ, ਫਿਰ ਨੈਕਸਟ ਕਰ ਦਿਓ। ਓਕੇ ਕਰੋਗੇ ਤਾਂ ਇਹ ਆ ਜਾਏਗਾ। ਠੀਕ ਆ ਜੀ, ਇੱਥੇ ਨੇਮ ਅਤੇ ਐਡਰੈਸ ਕਿਸੇ ਹੋਰ ਦਾ ਅਸੀਂ ਦੇ ਸਕਦੇ, ਜਿਵੇਂ ਐਮਰਜੈਂਸੀ ਕਨੈਕਟ ਕਰਨਾ ਪਏ ਉਹਦੇ ਲਈ, ਜਿਵੇਂ ਮੰਨ ਲਓ ਵੀ ਤੁਸੀਂ ਨਹੀਂ ਜੇ ਇੱਥੇ ਤਾਂ ਕਿਸੇ ਹੋਰ ਨੂੰ ਮਤਲਬ ਕਿ ਉਹਦਾ ਕਨੈਕਟ ਦੇ ਸਕਦੇ ਜੇ। ਠੀਕ ਆ ਜੀ, ਜਿਵੇਂ ਮੈਂ ਦੇ ਰਿਹਾ ਹੁਣ, ਕਿਸੇ ਦਾ ਮਤਲਬ ਦੇ ਸਕਦੇ, ਮਤਲਬ ਕਿ ਆਪਣੇ ਫਰੈਂਡ ਦਾ, ਆਪਣੇ
ਆਂਟੀ ਦਾ ਜਾਂ ਕਿਸੇ ਦਾ ਵੀ, ਜਿਵੇਂ ਮੈਂ ਆਪਣੇ ਆਂਟੀ ਦਾ ਦੇ ਰਿਹਾ। ਠੀਕ ਹੈ ਜੀ, ਆ ਦੇਖੋ। ਓਕੇ ਜੀ, ਥੱਲੇ ਫਿਰ ਨੰਬਰ ਉਹਨਾਂ ਦਾ ਮੋਬਾਈਲ ਨੰਬਰ ਦੇ ਦਿਓ। ਠੀਕ ਆ ਜੀ, ਆਈਡੀ ਦੇਣੀ ਆ, ਈਮੇਲ ਆਈਡੀ ਦੇ ਦਿਓ, ਟੈਲੀਫੋਨ ਨੰਬਰ ਦੇਣਾ ਦੇ ਦਿਓ, ਅਤੇ ਇਹਨੂੰ ਨੈਕਸਟ ਕਰ ਦਿਓ ਫਿਰ। ਠੀਕ ਆ, ਓਕੇ ਜੀ, ਨੈਕਸਟ ਕਰੋਗੇ ਤਾਂ ਆ ਦੇਖੋ ਤੁਹਾਨੂੰ ਆ ਜਾਏਗਾ ਇਹਦੇ 'ਚ, ਮਤਲਬ ਕਿ ਤੁਹਾਨੂੰ ਪੁੱਛੇਗਾ ਵੀ ਤੁਸੀਂ ਕੋਈ, ਮਤਲਬ ਕਿ ਕੋਈ ਸਰਟੀਫਿਕੇਟ ਜਾਂ ਕੋਈ ਵੀ, ਮਤਲਬ ਕਿ ਪਾਸਪੋਰਟ ਡਿਟੇਲ ਵਾਸਤੇ ਕੀ ਕਿਹੜਾ ਸਰਟੀਫਿਕੇਸ਼ਨ ਲਾਉਣਾ ਚਾਹੁੰਦੇ, ਜੈਸ ਲਾਰਪਾ। ਠੀਕ ਆ, ਇੱਥੇ ਤੁਹਾਨੂੰ ਸਾਰਾ ਕੁਝ ਪਰ ਇੱਥੇ ਨੋ ਹੀ ਕਰ ਦਿਓ। ਠੀਕ ਆ ਜੀ, ਨੋ ਹੀ ਕਰ ਦਿਓ, ਇਹ 'ਤੇ ਲੋੜ ਨਹੀਂ ਹੁੰਦੀ ਹੈਗੀ, ਇੱਥੇ ਵੀ ਡਿਸੇਬਲ ਕਰ ਨੋ ਇਹ ਥੱਲੇ ਕਰ ਦਿਓ, ਇਹਦੀ ਵੀ ਕੋਈ ਲੋੜ ਨਹੀਂ, ਦੂਜੇ ਨੰਬਰ ਵਾਲਾ ਕਰ ਦਿਓ। ਠੀਕ ਆ ਜੀ, ਕੋਈ ਐਡੀ ਮਤਲਬ ਖਾਸ ਇਹਦੀ ਲੋੜ ਨਹੀਂ ਹੁੰਦੀ, ਇੱਥੇ ਨੋ ਕਰ ਦਿਓ, ਉੱਤੇ ਉਹ ਦੇਖੋ ਨੈਕਸਟ ਕਰ ਸਕਦੇ ਹਾਂ ਵੈਸੇ, ਪਰ ਚਲੋ ਉਹਨੂੰ ਕਰਨਾ ਪਏਗਾ, ਨੋ ਕਰ ਦਿਓ, ਥੱਲੇ ਵੀ ਨੋ ਕਰ ਦਿਓ, ਨੈਕਸਟ ਕਰ ਦਿਓ। ਫਿਰ ਇਹ ਆਪਸ਼ਨਾਂ ਆਉਣਗੀਆਂ ਤਾਂ ਦਿਓ, ਇਹ ਸਾਰੀਆਂ ਦੀ ਸਾਰੀਆਂ ਨੋ ਹੀ ਕਰ ਦਿਓ, ਕਿਉਂਕਿ ਇਹ 'ਚ ਪੁੱਛਿਆ ਜਾਊਗਾ ਤੁਹਾਡੇ 'ਤੇ ਕੋਈ ਕ੍ਰਿਮੀਨਲ ਕੇਸ ਨਹੀਂ ਆ, ਤੁਸੀਂ ਕਿਤੇ ਪਹਿਲਾਂ ਅਪਲਾਈ ਤਾਂ ਨਹੀਂ ਕੀਤਾ, ਰਿਫਿਊਜ਼ ਨਹੀਂ ਹੋਏ, ਇਹੋ ਜਿਹੇ ਸਵਾਲ ਜੇ ਪੁੱਛੇ ਜਾਣਗੇ ਤੁਹਾਡੇ ਕੋਲ। ਠੀਕ ਆ ਜੀ, ਇਸ ਲਈ ਇਹਨੂੰ ਨੋ ਹੀ ਕਰ ਦਿਓ। ਠੀਕ ਆ, ਇਹਦੇ ਵਿੱਚ ਸਾਰਾ ਕੁਝ ਤੁਹਾਨੂੰ ਇਹੀ ਪੁੱਛਿਆ ਜਾਏਗਾ, ਮਤਲਬ ਕਿ ਤੁਹਾਡੇ ਕੋਲ ਰਿਫਿਊਜ਼ ਨਹੀਂ ਪਹਿਲਾਂ ਹੋਇਆ ਜਾਂ ਕੁਛ ਹੋਇਆ ਵਗੈਰਾ, ਇਹੋ ਜਿਹਾ ਪੁੱਛਿਆ ਜਾਏਗਾ, ਤੁਸੀਂ ਪੜ੍ਹ ਲਿਓ ਇੱਕ ਡਿਟੇਲ ਨਾ। ਵੈਸੇ ਮੈਂ ਹੀ ਜੋ ਹੈਗਾ ਇਹੀ ਆ ਬਸ ਤੁਹਾਨੂੰ ਦੱਸ ਚੁੱਕਿਆ ਵਾਂ, ਸੋ ਇਹਦੇ 'ਤੇ ਸਾਰਿਆਂ 'ਤੇ ਨੋ ਕਰ ਦਿਓ, ਅਤੇ ਵੈਸੇ ਵੀ ਇਹ ਠੀਕ ਆ ਜੀ। ਇਹ 'ਚ ਹੋਰ ਕੁਛ ਨਹੀਂ ਹੈ, ਇਹ ਬਸ ਇਹੀ ਆ, ਕੋਈ ਕ੍ਰਿਮੀਨਲ ਕੇਸ ਨਹੀਂ ਆ ਜਾਂ ਕੁਛ ਹੋਰ ਨਹੀਂ ਆ, ਜਾਂ ਕਿਤੇ ਹੁਣ ਡਿਫਿਊਜ਼ ਨਹੀਂ ਕੀਤਾ ਤੁਹਾਨੂੰ, ਆ ਦੇਖੋ ਲਾਸਟ ਆਪਸ਼ਨ ਮੇਰੀ ਆ। ਠੀਕ ਆ, ਇਹਨੂੰ ਕਰਕੇ ਨੋ ਕਰ ਦਿਓ ਸਾਰਿਆਂ ਨੂੰ, ਅਤੇ ਨੈਕਸਟ ਕਰ ਦਿਓ ਆਪਣੇ ਹਿਸਾਬ ਨਾਲ। ਚਲੋ ਫਿਰ ਇਸ ਇੱਦਾਂ ਦਾ ਆ ਜਾਏਗਾ, ਠੀਕ ਆ ਜੀ, ਇਸ ਤਰ੍ਹਾਂ ਦਾ ਆ ਜਾਏਗਾ। ਓਕੇ, ਫਿਰ ਹੁਣ ਅਸੀਂ ਕੀ ਕਰਨਾ ਹੈ, ਆ ਦੇਖੋ ਜੀ ਇਸ ਤਰ੍ਹਾਂ ਦਾ ਆ ਜਾਏਗਾ, ਇਹਨੂੰ ਨੈਕਸਟ ਕਰ ਦੇਣਾ, ਫਿਰ ਕੁਛ ਇਸ ਤਰ੍ਹਾਂ ਦਾ ਖੁੱਲ੍ਹਾ ਆ ਜਾਏਗਾ। ਠੀਕ ਹੈ ਜੀ, ਇਹਦੇ ਵਿੱਚ ਸਾਡੇ ਕੋਲ ਪੁੱਛੇਗਾ, ਫਿਰ ਇਹ ਸੈਲਫ ਡਿਟੈਕਸ਼ਨ ਦੀ ਆਪਸ਼ਨ ਆਏਗੀ, ਆਪਣੇ ਹਿਸਾਬ ਨਾਲ ਕਰ ਲਿਓ ਵੀ ਕੀ ਲਾਉਣਾ, ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਲਾਓਗੇ, ਫੈਮਿਲੀ ਦਾ ਕਿਹੜਾ ਡਾਕੂਮੈਂਟ ਲਾਓਗੇ, ਜਿਵੇਂ ਆਧਾਰ ਕਾਰਡ ਪਰੂਫ ਦੇ ਲਈ, ਆਧਾਰ ਕਾਰਡ ਕੁਝ ਵੀ, ਲਾਇਸੈਂਸ ਲਾਇਸੂੰਸ ਕਈ ਵੀ ਜੋ ਤੁਸੀਂ ਲਾਉਣਾ ਚਾਹੁੰਦੇ ਹੋ ਉਹ ਲਾ ਸਕਦੇ ਜੀ। ਠੀਕ ਆ ਜੀ, ਇਹ 'ਤੇ ਤੁਸੀਂ ਜੇ ਆਪਣਾ ਮੋਬਾਈਲ ਨੰਬਰ ਭਰ ਸਕਦੇ ਜੇ, ਇਹਨੂੰ ਨੋ ਵੀ ਕਰ ਸਕਦੇ, ਮੋਬਾਈਲ ਨੰਬਰ ਭਰਦਾ ਯੈਸ ਕਰਤਾ ਤੇ। ਠੀਕ ਆ ਜੀ, ਵੈਸੇ ਤੁਸੀਂ ਇਹਨੂੰ ਨੋ ਵੀ ਕਰ ਸਕਦੇ ਜੇ। ਠੀਕ ਆ ਜੀ, ਮੈਨੂੰ ਲੋੜ ਨਹੀਂ, ਠੀਕ ਆ, ਨੋ ਤਾਂ ਕਰਤਾ। ਠੀਕ ਆ ਜੀ, ਅਤੇ ਥੱਲੇ ਆ ਜਾਓ, ਥੱਲੇ ਜੈਸ ਨੋ ਨੋ ਹੀ ਕਰੋ ਸਾਰਿਆਂ 'ਤੇ ਵੈਸੇ। ਠੀਕ ਆ ਜੀ, ਅਤੇ ਜੇ ਜੈਸ ਇਹ 'ਚ ਤੁਸੀਂ ਮਤਲਬ ਕਿ
ਮਤਲਬ ਉੱਤੇ ਆਪ ਪੜ੍ਹ ਲਓ ਤੁਸੀਂ, ਇਹਦੇ 'ਤੇ ਤੁਸੀਂ ਨੋ ਕਰ ਦਿਓ, ਤੁਸੀਂ ਮੇਰੇ ਹਿਸਾਬ ਨਾਲ ਨੋ ਕਰ ਦਿਓ, ਠੀਕ ਹੈ, ਮੈਨੂੰ ਲੋੜ ਨਹੀਂ ਹੈ ਇਹ। ਫਿਰ ਇੱਥੇ ਪਲੇਸ ਭਰ ਦਿਓ, ਕਿਹੜੀ ਪਲੇਸ ਆ, ਜਿਵੇਂ ਮੇਰੀ ਬਟਾਲਾ ਆ, ਅਤੇ ਇਹਨੂੰ ਸਬਮਿਟ, ਠੀਕ ਹੈ ਜੀ, ਐਗਰੀ ਕਰਕੇ ਆਈ ਐਗਰੀ, ਅਤੇ ਸਬਮਿਟ ਫਾਰਮ ਕਰ ਦਿਓ, ਠੀਕ ਹੈ ਜੀ। ਹੁਣ ਦੇਖੋ ਜੀ ਅੱਗੇ ਕੀ ਆ ਗਿਆ, ਅੱਗੇ ਸਾਨੂੰ ਜੇ ਇਹ ਫਿਰ ਪੁੱਛੂਗਾ ਤਾਂ ਚਾਰ ਆਪਸ਼ਨਾਂ ਆਉਣਗੀਆਂ, ਠੀਕ ਹੈ ਜੀ। ਅਸੀਂ ਔਨਲਾਈਨ ਪੇਮੈਂਟ ਕਰਨੀ ਹੋਵੇ ਡੈਬਿਟ ਕਾਰਡ ਨਾਲ ਵੀ ਕਰ ਸਕਦੇ ਹਾਂ, ਔਨਲਾਈਨ ਵੀ ਕਰ ਸਕਦੇ, ਚਲਾਣ ਵੀ ਕਰ ਸਕਦੇ। ਮੈਂ ਤੁਹਾਨੂੰ ਚਲਾਣ ਬਾਰੇ ਦੱਸ ਦਿੰਦਾ, ਸਬਮਿਟ ਕਰੋਗੇ, ਅਸੀਂ ਔਨਲਾਈਨ ਵੀ ਕਰ ਸਕਦੇ ਵੈਸੇ, ਪਰ ਸਬਮਿਟ ਕਰੋਗੇ ਤਾਂ ਕੁਛ ਇਸ ਤਰ੍ਹਾਂ ਦਾ ਆਏਗਾ ਚਲਾਣ, ਤੁਹਾਡਾ ਨਾਮ, 1500 ਰੁਪਈਆ ਫੀਸ ਹੋਏਗੀ, ਦੇਖੋ ਆ ਸਭ ਡਿਟੇਲਾਂ, ਠੀਕ ਹੈ ਜੀ। ਆ ਦੇਖ ਲਓ 1500 ਰੁਪਈਆ ਫੀਸ ਆ ਜੀ, ਕੋਈ ਐਡੀ ਖਾਸ ਨਹੀਂ, ਅਸੀਂ 2-2 ਹਜ਼ਾਰ 2500-2500 ਦਿੰਦੇ ਹਾਂ, ਪਰ ਇਹ 1500 ਰੁਪਈਆ ਫੀਸ ਆ ਸਿਰਫ, ਠੀਕ ਹੈ ਜੀ। ਬਾਕੀ ਡਿਟੇਲ ਤੁਸੀਂ ਪੜ੍ਹ ਲਿਓ ਥੱਲੇ, ਅਤੇ ਇਹਨੂੰ ਕਰ ਦਿਓ ਚਲਾਉਣ ਨੂੰ, ਓਕੇ ਕਰੋਗੇ ਤਾਂ ਕੁਛ ਇਸ ਤਰ੍ਹਾਂ ਦਾ ਆ ਜਾਏਗਾ, ਠੀਕ ਹੈ ਜੀ। ਅਤੇ ਇਹਨੂੰ ਜਾ ਕੇ ਸਟੇਟ ਆਫ ਬੈਂਕ 'ਚ ਜਾਂ ਕਿਤੇ ਵੀ ਜਾ ਕੇ ਇਹਨੂੰ ਤੁਸੀਂ ਸਬਮਿਟ ਕਰਾ ਸਕਦੇ ਜੀ। ਧੰਨਵਾਦ ਦੋਸਤੋ, ਮੈਂ ਚਾਹੁੰਦਾ ਵੀ ਇਸ ਵੀਡੀਓ ਨੂੰ ਹੋਰ ਵੀ ਸ਼ੇਅਰ ਕਰੋ, ਕਿਉਂਕਿ ਹੋਰ ਵੀ ਲੋਕਾਂ ਨੂੰ ਪਤਾ ਲੱਗੇ, ਅਤੇ ਅਸੀਂ ਜਿਹੜੇ ਅਸੀਂ ਏਜੰਟਾਂ ਕੋਲ ਲੁੱਟੇ ਜਾਂਦੇ ਹਾਂ ਉਹ ਤੋਂ ਬਚਿਆ ਜਾ ਸਕੇ। ਧੰਨਵਾਦ ਜੀ।